ਸੰਗਰੂਰ ਦੇ ਖਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈਗਾ। ਇਸੇ ਦੌਰਾਨ ਉੱਥੇ ਤੈਨਾਤ ਮਲੇਰਕੋਟਲਾ ਦੇ DSP ਦਿਲਪ੍ਰੀਤ ਸਿੰਘ ਦੀ ਹਾਰਟ ਅਟੈਕ ਦੇ ਨਾਲ ਜਿਹੜੀ ਮੌਤ ਹੋਈ ਆ। ਜਾਣਕਾਰੀ ਮੁਤਾਬਕ ਮਲੇਰਕੋਟਲਾ ਦੇ SSP ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦਿਲਪ੍ਰੀਤ ਸਿੰਘ ਜਿਹੜੇ ਕਿ ਖਨੌਰੀ ਬਾਰਡਰ ਦੇ ਉੱਪਰ ਤੈਨਾਤ ਸਨ, ਉਹਨਾਂ ਦੀ ਡਿਊਟੀ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਹੁੰਦੀ ਸੀ। ਉਸ ਤੋਂ ਬਾਅਦ ਉਹ ਆਪਣੇ ਘਰ ਲੁਧਿਆਣਾ ਚਲੇ ਜਾਂਦੇ ਸੀ, ਕਿਉਂਕਿ ਹਾਲ ਹੀ ਦੇ ਵਿੱਚ 15 ਦਿਨ ਪਹਿਲਾਂ ਜਦੋਂ ਪੁਲਿਸ ਵਿਭਾਗ ਦੇ ਵਿੱਚ ਜਿਹੜੇ ਤਬਾਦਲੇ ਹੋਏ ਸੀ, ਉਦੋਂ ਉਹਨਾਂ ਦੀ ਲੁਧਿਆਣਾ ਤੋਂ ਜਿਹੜੀ ਡਿਊਟੀ ਆ ਉਹ ਬਦਲ ਕੇ ਮਲੇਰਕੋਟਲਾ ਬਤੌਰ DSP ਤੌਰ ਦੇ ਉੱਪਰ ਹੋਈ ਸੀ। ਪਰ ਕਿਸਾਨੀ ਅੰਦੋਲਨ ਦੇ ਚੱਲਦੇ ਹੋਏ ਜਦੋਂ ਸੰਭੂ ਖਨੌਰੀ ਬਾਰਡਰਾਂ ਦੇ ਉੱਪਰ ਕਿਸਾਨ ਡਟੇ ਹੋਏ ਨੇ, ਉੱਥੇ ਸੰਗਰੂਰ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਦੀ ਪੁਲਿਸ ਉੱਥੇ ਤੈਨਾਤ ਕੀਤੀ ਗਈ ਸੀ। ਇਸੇ ਦੌਰਾਨ DSP ਦਿਲਪ੍ਰੀਤ ਸਿੰਘ ਦੀ ਡਿਊਟੀ ਵੀ ਜਿਹੜੀ ਉੱਥੇ ਸੀ। ਰਾਤ ਨੂੰ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਜਦੋਂ ਆਪਣੇ ਉਹ ਘਰ ਗਏ ਤਾਂ ਉਸ ਤੋਂ ਬਾਅਦ ਆਰਾਮ ਕਰਨ ਤੋਂ ਬਾਅਦ ਸ਼ਾਮ ਨੂੰ 4 ਵਜੇ, ਯਾਨੀ ਕਿ 22 ਫਰਵਰੀ ਨੂੰ ਸ਼ਾਮ ਨੂੰ 4 ਵਜੇ ਉਹ ਜਿੰਮ ਗਏ ਲੁਧਿਆਣਾ 'ਚ, ਇੱਕ ਨਿੱਜੀ ਜਿੰਮ ਦੇ ਵਿੱਚ। ਉੱਥੇ ਜਦੋਂ ਜਿੰਮ ਕਰ ਰਹੇ ਸੀ ਤਾਂ ਉਹਨਾਂ ਦੇ ਸਾਥੀ ਦੇ ਵਿੱਚ ਦਰਦ ਹੋਇਆ। ਜਦੋਂ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਨੂੰ ਹੋਸਪਿਟਲ ਲੈ ਗਏ ਤਾਂ ਉੱਥੇ ਹੋਸਪਿਟਲਾਂ ਦੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। SSP ਮਲੇਰਕੋਟਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹਨਾਂ ਦੇ ਪਿੱਛੇ ਉਹਨਾਂ ਦੀ ਪਤਨੀ ਅਤੇ 2.5 ਸਾਲ ਦੀ ਜਿਹੜੀ ਇੱਕ ਬੱਚੀ ਆ ਜਿਹੜੀ ਉਹ ਪਿੱਛੇ ਛੱਡ ਗਏ ਨੇ। ਉਹ ਨੈਸ਼ਨਲ ਲੈਵਲ ਦੇ ਜਿਹੜੇ ਸਵਿਮਰ ਥੇ, ਉਹਨਾਂ ਨੂੰ ਜਿਹੜਾ ਕਿ ਬੌਕਸਿੰਗ ਕਰਨ ਦਾ ਜਿਹੜਾ ਸ਼ੌਂਕ ਸੀ, ਇਸ ਲਈ ਉਹ ਜਿਹੜੇ ਜਿੰਮ ਜਾਂਦੇ ਸੀ। ਪਰ ਡਿਊਟੀ 'ਤੇ ਇਸ ਸਮੇਂ ਉਹ ਲਗਾਤਾਰ ਖਨੌਰੀ ਬਾਰਡਰ ਦੇ ਉੱਪਰ ਤੈਨਾਤ ਸੀ। 4 ਵਜੇ ਤੋਂ ਬਾਅਦ ਜਿੰਮ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਤਿਆਰ ਹੋ ਕੇ ਖਨੌਰੀ ਬਾਰਡਰ ਦੇ ਉੱਪਰ ਆਪਣੀ ਡਿਊਟੀ ਦੇ ਉੱਪਰ ਪਹੁੰਚਣਾ ਸੀ, ਪਰ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜੀ ਮੰਦਭਾਗੀ ਜਿਹੜੀ ਖਬਰ ਆ ਉਹ ਉੱਥੋਂ ਜਿਹੜੀ ਸਾਹਮਣੇ ਆਈ ਹੈ।